ਜੀਐਸਟੀ ਸਿਸਟਮ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਉਦਯੋਗਾਂ ਦੇ ਨਾਲ ਜੁੜੇ ਉਦਯੋਗਿਕ ਘਰਾਣੇ ਸਰਬ ਕਲਿਆਣ ਮਿਸ਼ਨ ਅਤੇ ਅਗਾਜੇ ਸੁਰ ਦੇ ਬੈਨਰ ਤਲੇ ਸਰਕਟ ਹਾਊਸ ਵਿੱਚ ਇੱਕ ਮੰਚ ਤੇ ਇਕੱਠੇ ਹੋਏ ਤੇ ਜੀਐਸਟੀ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਉੱਤੇ ਚਰਚਾ ਕੀਤੀ। ਅੱਜ ਹਮਾਰਾ ਇਹ ਮਕਸਦ ਥਾ ਇਸ ਆਰਗੇਨਾਈਜੇਸ਼ਨ ਕਾ, ਹਮਾਰਾ ਸਰਬ ਕਲਿਆਣ ਮਿਸ਼ਨ ਔਰ ਅਗਾਜੇ ਸੁਰ NGOs ਹੈ, ਉਹਨਾਂ ਨੇ ਇੱਕ ਜੀਐਸਟੀ ਕੇ ਕੰਸਰਨ ਇੱਕ ਸੈਮੀਨਾਰ ਕਰਾਇਆ ਗਿਆ ਲੁਧਿਆਣਾ ਮੇ, ਜੋ ਕਿ ਆਈ ਫੀਲ ਲਾਈਕ ਫਸਟ ਟਾਈਮ ਹੁਆ ਹੈ। ਔਰ ਇਸਕਾ ਹਮਨੇ ਜੋ ਪੂਰੇ ਪੰਜਾਬ ਸੇ ਆਫੀਸਰ ਤਹਿਵਾਨ ਜੋ ਕਿ ਹਮਾਰੇ GST ਸੇ ਰਿਲੇਟਡ ਹੈ, ਉਹਨਾਂ ਨੇ ਅੱਜ ਇੰਟਰੈਕਟਿਵ ਸੈਸ਼ਨ ਕੀਆ, ਜੋ ਕਿ ਮੈਂ ਸਮਝਤਾ ਹੂੰ ਬਹੁਤ ਹਮਾਰਾ ਆਨੇ ਵਾਲਾ ਕੱਲ ਕੇ ਲਈ ਅੱਛਾ ਹੈ। GST ਨੋ ਡਾਊਟ ਇੰਡਸਟਰੀ ਦਾ ਫਾਇਦਾ ਹੈ ਹੀ ਹੈ, ਪਰ GST ਮਤਲਬ ਬਹੁਤ ਸਾਰੇ ਐਸੇ ਪੁਆਇੰਟ ਸੀਗੇ ਜਿਹਦੇ ਲਈ ਇੰਡਸਟਰੀ ਵੀ ਕਨਫਿਊਜ਼ ਸੀਗੀ ਕਿ ਉਹਨੂੰ ਕਿਵੇਂ ਅਪਲਾਈ ਕੀਤਾ ਜਾਵੇ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀ ਮਲਟੀ ਯੂਟਿਲਿਟੀ ਆਈਟਮ ਹੈਗੀਆਂ, ਜਿਹੜੀ ਬਹੁਤ ਸਾਰੇ ਹੈਡ ਦੇ ਅੰਦਰ ਯੂਜ਼ ਹੁੰਦੀ ਹੈਗੀਆਂ। ਅੱਜ ਦੇ ਸੈਮੀਨਾਰ 'ਚ ਇਹ ਚੀਜ਼ਾਂ ਕਾਫੀ ਕਲੀਅਰ ਹੋਈਆਂ ਕਿ ਇਹਨੂੰ ਕਿਸ ਹੈਡ ਵਿੱਚ ਪਾਇਆ ਜਾਵੇ। ਇਹ ਸੈਮੀਨਾਰ ਕਾਫੀ ਯੂਜ਼ਫੁਲ ਹੈ, ਡੈਫੀਨੇਟਲੀ ਹੋਣੇ ਚਾਹੀਦੇ। ਜਾਂ ਬਿਜ਼ਨਸਮੈਨ ਲਈ ਨਹੀਂ ਹੈਗਾ, ਇੱਕ ਜਨਰਲ ਪਬਲਿਕ ਨੂੰ ਵੀ ਡਾਇਰੈਕਟਲੀ ਅਫੈਕਟ ਕਰ ਰਿਹਾ। ਅਤੇ ਸਾਡੇ ਵਿੱਚ ਬਹੁਤ ਗੈਸਟ ਐਸੇ ਨੇ ਜਿਹੜੇ ਡਾਇਰੈਕਟ ਬਿਜ਼ਨਸ ਨਹੀਂ ਕਰ ਰਹੇ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ GST ਨਾਲ ਜੁੜੇ ਹੋਏ ਆ, ਕਿਉਂਕਿ ਜਿਹੜੀਆਂ ਕੰਜ਼ੂਮਰ ਪ੍ਰੋਡਕਟਸ ਹੈਗੀਆਂ, ਚਾਹੇ ਇੰਡਸਟਰੀਲਿਸਟ ਬਣਾ ਰਹੇ ਆ ਪਰ ਕੰਜ਼ੂਮ ਤਾਂ ਉਹਨਾਂ ਨੇ ਹੀ ਕਰਨੀਆਂ ਨੇ। ਅਤੇ ਇੱਥੇ ਆਏ ਸਾਰੇ ਸਾਨੂੰ ਕਾਫੀ ਇਸ ਨਾਲ ਨੌਲੇਜ ਮਿਲੀ, ਕਾਫੀ ਕਨਸੈਪਟ ਸੀਗੇ ਜਿਹੜੇ ਸਾਨੂੰ ਨਹੀਂ ਸੀ ਕਲੀਅਰ ਪਹਿਲਾਂ, ਪਰ ਸਾਡੇ ਜਿਹੜੇ ਮਾਨਯੋਗ GST ਦੇ ਕੌਂਸਲ ਦੇ ਮੈਂਬਰਸ ਆਏ, ਉਹਨਾਂ ਨੇ ਸਾਡੇ ਕਾਫੀ ਕਨਸੈਪਟ ਜਿਹੜੇ ਆ ਕਲੀਅਰ ਕੀਤੇ। ਲੁਧਿਆਣਾ ਤੋਂ ਬੋਬੀ ਕਾਠੀਆ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।